السلام علیکم ناظرین، تے وکری گال محمد حسین خان دے نال، میں در میزبان محمد حسین خان ناظرین، اج میرے موجود ہیں امیدوار ایم پی اے حلقہ پی پی 270 آزاد امیدوار مور دے نشان تے سردار اختر خان گپانگ سے میرے موجود ہیں، اج گفتگو موجود الیکشن تے سیاست تے، الیکشن بالکل قریب ہے، سردار صاحب دی کمپین کیویں ہے، سردار صاحب نوجوان واسطے کرنا کیا چاہتے ہیں، پیغام کیا رسن منشور دی وضاحت بھی کرے سن، سردار اختر خان گپانگ امیدوار ایم پی حلقہ پی پی 270 من الموجود. السلام علیکم سردار صاحب. وعلیکم السلام. کیا حال ہے جی؟ سر بالکل ٹھیک الحمدللہ. انتہائی مصروفیت جو بہو قیمتی ٹائم تے بہت شکریہ، یہ تواڈی مہربانی ہے، تشریف گھننا ہے سکو موقع فراہم کرن دے اپنے خیالات دے بھر دا ایسا دوست تک اپنا پیغام پہنچاؤں. بہت مہربانی، شکریہ. سر موجودہ الیکشن بھی سرتے ہیں، تواڈی کمپین بھی ماشاءاللہ اچھی تھی نہیں پئی، سر کمپین کو کتنا مطمئن ہو؟ سر کمپین ساڈی لوگے بڑی محبت دیتی ہے، میرا چھواں الیکشن ہے، میں چار الیکشن پہلے جیتیا، پچھلا الیکشن لوز کر گیا تھا تھوڑے جے ووٹر نو، تے ای دفعہ سا مطمئن ہے آزاد حیثیت مطلب قصور لنگیال سے تے الیکشن لڑدے پئے ہیں، جڑے صاحب دے دوست اپ محبت دے دے پئے ہیں، انشاءاللہ سا سیٹاں جیتے دے پئے انشاءاللہ. مطلب قصور لنگیال صاحب یہ جناب جڑے اتحاد ہے او بھی بالکل برقرار ہے، اتے تے ووٹ بالکل ہی کو مل سنے پر بالکل اساں اوے بالکل اپ تے مشاورت دے نال چلدے پئے ہیں، مخلص چلدے پئے ہیں، ساڈا اپس وچ کوئی چھوٹا جے وی اختلاف کوئی نہیں، صرف 95% ਸਾਡੇ ਜਿਹੜੇ ਮੇਰੇ ਦੋਸਤ ਹਨ ਉਹਦੇ ਨਾਲ ਖੜਨ, ਉਹਦੇ ਵੀ 95% ਦੋਸਤ ਮੇਰੇ ਨਾਲ ਖੜਨ, 5% ਵਿੱਚ ਦੋਸਤ ਹਨ ਕਿ ਉਹ ਛੋਟਾ ਮੋਟਾ ਤੇ ਪੱਤੇ ਸਾਜ਼ਰ ਹੁੰਦੇ, ਕੋਈ ਮੇਰੇ ਤੇ ਬਹੁਤ ਜ਼ਿਆਦਾ ਨਾਰਾਜ਼ ਹੈ, ਕੋਈ ਉਹਦੇ ਉੱਤੇ ਹੋ ਸੀ ਛੋਟਾ ਮੋਟਾ ਹੈ, ਬਾਕੀ ਸਾਰਾ ਇਤਿਹਾਦ ਮੁਕੰਮਲ ਹੈ, ਅਸਾਂ ਆਪਾਂ ਤੇ ਮਸ਼ਾਵਰਤ ਦੇ ਨਾਲ ਚੱਲਦੇ ਹਾਂ. ਅਨਵਿਤ ਡੋਗਰ ਜਾਂ ਮਨਸੂਰ ਖਾਨ ਸਾਹਿਬ ਜਾਂ ਖਾਕੀ ਬਰਾਦਰੀ, ਉਹਨਾਂ ਦੇ ਫੋਟੋ ਉਹਨਾਂ ਨਾਲ ਵੀ, ਉਹਨਾਂ ਨੂੰ ਤਾਂ ਕੋਈ ਫਰਕ ਪੋ ਸੀ? ਸਰ ਉਹਦੇ ਵਿੱਚ ਕੋਈ ਦਰਮਿਆਨੇ ਦੋਸਤ ਹਨ ਜਿਹੜੇ ਮੇਰੇ ਕੋ ਵੋਟ ਨਹੀਂ ਦੇਣਾ ਚਾਹੁੰਦੇ, ਮੈਂ ਉਹਨੂੰ ਕੋਈ ਇਜਾਜ਼ਤ ਦਿੱਤੀ ਹੈ, ਮੈਂ ਕਿ ਜਿਹੜਾ ਦੋਸਤ ਮੇਰੇ ਕੋ ਵੋਟ ਨਹੀਂ ਦੇਣਾ ਚਾਹੁੰਦਾ ਤੱਕ ਦੇਦਾ ਪਏ, ਮੈਂ ਕਿਸੇ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਤੁਹਾਕ ਦਾ ਕੰਮ ਸਕਬ ਦੇਦਾ ਪਏ, ਕੋਈ ਹਰਕਤ ਨਹੀਂ, ਕਿਵੇਂ ਜਜ਼ਬਾਤ ਉਹਨੇ ਦੇ ਹਨ, ਉਹ ਦਿਨ ਜੇ ਕੋਈ ਦੋਸਤ ਅਗਰ ਤੁਹਾਕ ਵੋਟ ਦੇਦਾ ਪਏ, ਮੈਂ ਕੋਈ ਦੇਦਾ ਪਿਆ, ਤੁਸੀਂ ਅਖੇ ਨਹੀਂ ਦੇਣਾ, ਮੈਂ ਕੋਈ ਇਤਰਾਜ਼ ਨਹੀਂ. ਵੈਲ ਡਨ. ਖਾਨਗੜ ਜਲਸਾ ਤੇ ਜਾਂ ਕਾਦਰਪੁਰ ਸਾਲੇ ਕਾਮਯਾਬ ਤਰੀਨ ਜਲਸੇ ਹਨ, ਇੰਨੇ ਇਲਾਕੇ ਤੋਂ ਕਿਤਨਾ ਮੁਤਮਈਨ ਹੋ? ਸਰ ਜਿਹੜੇ ਹਿਸਾਬ ਦੇ ਸਾਡੇ ਜਲਸੇ ਥੇ ਹਨ, ਜਿਹੜੇ ਹਿਸਾਬ ਦੀ ਆਵਾਮ ਨੇ ਮੁਹੱਬਤ ਦਿੱਤੀ ਹੈ, ਕਿਉਂਕਿ ਮੈਂ 6 ਇਲੈਕਸ਼ਨ ਲੜ ਚੁੱਕਾ ਹੈ, ਮੇਰਾ 6ਵਾਂ ਇਲੈਕਸ਼ਨ ਹੈ, ਤੇ ਇਤਨੀ ਹਮੇਸ਼ਾ ਆਵਾਮ ਮੁਹੱਬਤ ਕਰਦੀ ਹੈ, ਪਹਿਲੇ 4 ਇਲੈਕਸ਼ਨ ਮੈਂ ਜਿੱਤਿਆ, ਤੇ ਮੈਂ ਮੁਤਮਾਨ ਹਾਂ ਕਿ ਇਨਸ਼ਾਅੱਲਾ ਮਤਲਬ ਕਸਵਾ ਲੰਗਰਿਆਲ ਸਾਹਿਬ ਐਮਐਨਏ ਬਣਦੇ ਪਏ, ਅਸਾਂ ਐਮਪੀਏ ਬਣਦੇ ਪਏ ਇਨਸ਼ਾਅੱਲਾ. ਤੁਸੀਂ ਆਪਣਾ ਐਮਪੀਏ ਦਾ ਮੁਕਾਬਲਾ ਕਿਹੜੇ ਹਰੀਫ ਨਾਲ ਦੇ ਪਿਓ? ਮੇਰੇ ਖਿਆਲ ਦੇ ਮੁਤਾਬਕ ਜਿਹੜੇ ਹਾਲਾਤ ਤੇ ਮੈਂ ਦੇ ਦੇ ਨਵਾਬ ਤੇ ਮਨਸੂਰ ਖਾਨ ਨਾਲ ਕਿ ਸਾਡਾ ਮੁਕਾਬਲਾ ਉਹਨਾਂ ਦੇ ਨਾਲ ਹੈ. ਠੀਕ ਹੈ. ਰੋਹਿਲਾ ਵਾਲੀ ਕਨ ਗੋਈ ਸਭ ਕਾ ਦਵਾਰ ਦਰਵਾ ਇਹ ਦਵਾ ਵੀ ਰੋਹਿਲਾ ਲਈ ਜੋ ਦੋ ਉਮੀਦਵਾਰ ਹਨ, ਮੀਆਂ ਇਸਮਾਇਲ ਸਾਹਿਬ ਜਨਾਬ ਆਪਣੀ ਖੁਦ ਠੀਕ ਹੈ, ਕਿਤਨਾ ਮੁਤਮਈਨ ਹੋ ਕਿ ਰੋਹਿਲਾ ਦਾ ਬੰਦਾ ਐਮਪੀ ਬਣ ਸੀ? ਸਰ ਖਾਨਗੜ ਤੋਂ ਕਿਉਂਕਿ 4 ਕੈਂਡੀਡੇਟ ਹਨ, ਤੇ ਉਹ ਹਿਸਾਬ ਨਾਲ ਵੋਟ ਉੱਥੇ ਵੀ ਤਕਸੀਮ ਸੀ, ਸਾਹ ਕੋ ਖਾਨਗੜ ਚ ਮੁਹੱਬਤ ਮਿਲਦੀ ਪਈ, ਉੱਥੇ ਵੋਟ ਸਭ ਮਿਲਦਾ ਪਿਆ, ਮੇਰਾ ਖਿਆਲ ਹੈ ਕਿ ਇਹ ਦਫਾ ਐਮਪੀ ਰੋਹਿਲਾ ਨੂੰ ਵੋਟ ਸਭ ਠੀਕ ਨਾ ਪਏ ਇਨਸ਼ਾਅੱਲਾ. ਰਾਈਟ. ਮੁਸਲਸਲ ਤੁਸੀਂ ਇਲੈਕਸ਼ਨ ਲੜਦੇ ਖੜੋ, ਮੁਸਲਸਲ ਸ਼ਰਾਫਤ ਵੀ ਤੁਹਾਡੇ ਸਾਹਮਣੇ ਹੈ, ਹਰਾਣ ਜਾਂ ਜੀਤਣ ਉਹ ਨਸੀਬ ਦੀ ਗੱਲ ਹੈ, ਤੁਸੀਂ ਆਪਣੇ ਵੋਟਰ ਦਾ ਤਹਿਫੁਜ਼ ਕਿਵੇਂ ਕਰੇ ਸੋ, ਹਲਕੇ ਚ ਵੀ ਰਹੇ ਸੋ? ਸਰ ਮੈਂ ਸ਼ਰੀਫ ਜ਼ਰੂਰ ਹਾਂ, ਇਮਾਨਦਾਰੀ ਨਾਲ ਸਿਆਸਤ ਵੀ ਕੀਤੀ ਹੈ, ਆਪਣਾ ਸਾਡਾ ਵਾਲਦ ਸਾਹਿਬ ਅਸਾਂ ਪੂਰੀ ਜ਼ਿੰਦਗੀ ਇਦਾਂ ਤਰ੍ਹਾਂ ਗੁਜ਼ਾਰੀ ਹੈ, ਲੇਕਿਨ ਬਲੋਚ ਹੈ ਗੁਪਾਂਗ ਦਾ ਹੈ, ਇਤਨੀ ਹੀ ਰਾਸੋ ਬੰਗੋਲਾ ਲਈ ਚੌਕ ਨਜ਼ੀਰ ਵਾਲਾ. ਜੀ ਜੀ ਇਨਸ਼ਾਅੱਲਾ, ਮੈਂ ਮੁਸਤਕਲ ਤੌਰ ਦੇ ਤੇ ਚੌਕ ਨਜ਼ੀਰ ਵਾਲਾ ਬਾਂਧਾ ਪਿਆ ਆਪਣੇ ਦੇਰ ਦੇ ਉੱਤੇ, ਇੱਕ ਦੇਰਾ ਮੇਰਾ ਜੀਟੀ ਰੋਡ ਤੇ ਵੀ ਤਕਰੀਬਨ ਅਗਲੇ ਮਹੀਨੇ ਦੇ 15-20 ਤੱਕ ਮੁਕੰਮਲ ਥੀ ਵੇਦੀ, ਇੱਕ ਦੇਰਾ ਮੇਰਾ ਰੋਹਿਲਾ ਲਈ ਹੋਸੀ ਜੀਟੀ ਰੋਡ ਦੇ ਉੱਤੇ, ਤੇ ਇੱਕ ਦੇਰਾ ਮੇਰਾ ਇੱਥੇ ਹੋਸੀ ਨੂੰ ਦੇਰੇ ਕੋ ਟਾਈਮ ਦੇ ਸੋ ਮੁਸਤਕਲ ਤੌਰ ਦੇ ਤੇ ਦੇਰ ਤੋਂ ਬਲੇ ਤੋਂ ਪਾਸ ਸਭ ਕਾ ਤਰੀ ਕੰਪੇਨ ਨੂਨ ਲੀਗ ਤੇ ਹੈ, ਉਮੀਦਾਂ ਵੀ ਬਹੁਤ ਜ਼ਿਆਦਾ ਵਿਵਸਥਾ ਹਨ, ਨੂਨ ਲੀਗ ਨੇ ਤਾਂ ਕੋ ਟਿਕਟ ਨਹੀਂ ਦਿੱਤੀ, ਡਿਸਹਾਰਟ ਤੇ ਹੋ ਸੋ? ਸਰ ਉਹ ਤਾਂ ਕੋਈ ਫਰਕ ਨਹੀਂ ਪਿਆ, ਬਲਕਿ ਲੋਗਿਆ ਤੁਸਾਂ ਕੋ ਜ਼ਿਆਦਾ ਮੁਹੱਬਤ, ਲੋਗੇ ਦੇ ਹਮਦਰ ਕੇ ਇਜ਼ਾਫਤ ਹੈ, ਮੈਂ ਸਮਝਦਾ ਕਿ ਨੂ ਐਨੇ ਜਾਂ ਟਿਕਟਾਂ ਜਿਹੜਾ ਸੈਦ ਬਾਸਾ ਸੁਲਤਾਨ ਬੁਖਾਰੀ ਸਾਹਿਬ ਕੋ ਮਿਲਿਆ, ਇਹਦਾ ਉਹ ਬਹੁਤ ਜ਼ਿਆਦਾ ਨੁਕਸਾਨ ਹੈ, ਲੋਗੇ ਦੀ ਹਮਦਰਦੀ ਮਤਲਬ ਕਸਵਾ ਲੰਗਿਆਲ ਤੇ ਸਾਡਾ ਠੀਕ ਹੈ, ਉਹ ਜਿਹੜੀ ਹਮਦਰਦੀ ਉਹਦੇ ਨਾਲ ਲੋਗੇ ਦੀ ਖਤਮ ਠੀਕ ਹੈ, ਔਰ ਨੂਰ ਹੀ ਬਾਕੀ ਰਹਿ ਗਏ, ਅੱਜ 6 ਤਰੀਕ ਹੈ, ਕੱਲ੍ਹ ਨਾ ਪਰਸੋਂ ਇਲੈਕਸ਼ਨ ਹੈ, ਔਰ ਇਹਦਾ ਰਿਜ਼ਲਟ ਤੁਹਾਨੂੰ ਸਾਹਮਣੇ ਆਵੇ ਸੀ ਕਿ ਲੋਕ ਸਾਡੇ ਨਾਲ ਕਿਤਨੀ ਮੁਹੱਬਤ ਕਰਦੇ ਪਏ, ਔਰ ਸ਼ਾਹ ਸਾਹਿਬ ਨਾਲ ਲੋਕ ਕਿਤਨੀ ਹੈ, ਉਹਦਾ ਰਿਜ਼ਲਟ ਵੇਖ ਸਕਦਾ ਹੈ. ਰਾਈਟ. ਮਨਸ਼ੂਰ ਸਰ, ਸਾਡਾ ਜਿਹੜਾ ਮਨਸ਼ੂਰ ਹੈ ਨਾ ਉਹ ਇਹ ਹੈ ਕਿ ਇਲਾਕੇ ਦੀ ਇਹ ਸਾਹ ਦੇ ਪਾਰੂ ਮੇਰਾ ਖਤ, ਅਸਾਂ ਚਾਹੁੰਦੇ ਹਾਂ ਕਿ ਇੱਕ ਦਰ ਹੈੱਡ ਪੰਜ ਨਾ ਤੇ ਸ਼ੇਰ ਸ਼ਾਹ ਦੇ ਦਰਮਿਆਨ ਵਿੱਚ 55 ਲੱਖ ਦੀ ਰੋਹਿਲਾ ਵਾਲੀ ਦੀ ਆਬਾਦੀ ਹੈ, ਦਰਿਆ ਤੋਂ ਤੇ ਪੁਲ ਚਨਾਬ ਤੋਂ ਤੇ ਬਣਨਾ ਬਹੁਤ ਜ਼ਰੂਰੀ ਹੈ, ਇਹਦਾ ਲੈਂਥ ਹੋਣਾ ਚਾਹੀਦਾ ਸੀ ਪੈਕ ਰੋਡ ਦੇ ਨਾਲ, ਜਿਹੜੀ ਮੁਲਤਾਨ ਤੋਂ ਸੱਕਰ ਤੱਕ ਮੋਟਰ ਵੇ ਵੇਦੀ ਪਈ ਹੈ ਸੀ ਪੈਕ ਰੋਡ,
ਅਸਾਂ ਚਾਹੁੰਦੇ ਹਾਂ ਕਿ ਸ਼ੇਰ ਸ਼ਾਹ ਦੇ ਹੈੱਡ ਪੰਜ ਨਾਲ ਜਿਹੜੀ ਜਦ ਦਰਮਿਆਨ ਬਣੇ ਕਿਉਂ ਦਰਿਆ ਦੇ ਪੁੱਲ ਬਾਦੀ ਕੋਲ ਲੈਂਦਾ ਬਣੇ ਰੋਹਿਲਾ ਵਾਲੀ ਕਿ ਤਸੀਲ ਬਣਾਉਣਾ ਇਹ ਜ਼ਰੂਰੀ ਹੈ ਕਿ ਰੋਹਿਲਾ ਵਾਲੀ ਦਾ ਫਾਸਲਾ ਜਿਹੜਾ ਬਹੁਤ ਜ਼ਿਆਦਾ ਠੀਕ ਹੈ ਜਿਸੋਈ ਕੋਲ ਵੀ 70-40 ਕਿਲੋਮੀਟਰ ਹੈ ਅਲੀਪੁਰ ਤਸੀਲ ਹੈ ਉਹਦੇ ਕੋਲ ਵੀ ਮੁਜ਼ੱਫਰਗੜ੍ਹ ਤਸੀਲ ਹੈ ਉਹਦੇ ਕੋਲ ਵੀ ਫਾਸਲਾ ਜ਼ਿਆਦਾ ਹੈ ਉਹ ਰੋਹਿਲਾ ਵਾਲੀ ਜਰੀਏ ਬਹੁਤ ਵੱਡੀ ਆਬਾਦੀ ਠੀਕ ਹੈ ਬਹੁਤ ਵੱਡੀ ਗੁੰਜਾਲ ਆਬਾਦੀ ਹੈ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਰੋਹਿਲਾ ਵਾਲੀ ਤਸੀਲ ਬਣਾਇਆ ਮੇਰਾ ਨੌਜਵਾਨ ਕੋ ਪੈਗਾਮ ਹੈ ਕਿ ਇਹ ਦਫ਼ਾ ਮਿਹਰਬਾਨੀ ਕਰੋ ਮੈਂ ਨੌਜਵਾਨ ਕੋ ਚਾਹੁੰਦਾ ਕਿ ਨੌਜਵਾਨ ਕੋ ਰੋਜ਼ਗਾਰ ਵੀ ਮਿਲੇ ਨੌਜਵਾਨ ਤਰੱਕੀ ਵੀ ਕਰ ਤੇ ਉਹਦੇ ਵਿੱਚ ਅਸਾਂ ਉਹਨਾਂ ਦੇ ਇਤਮਾਦ ਤੋਂ ਪੂਰਾ ਉਤਰ ਸਕਦੇ ਹਾਂ ਬਾਕੀ ਜਿਹੜੇ 40-40 ਸਾਲ ਦੁਕਾਨ ਦਾ ਕਿਆਦਤ ਕਰਨੇ ਕਰ ਮੁੱਤਦ ਬਾਰ ਐਮਐਨ ਐਮਪੀ ਵੀ ਬਣ ਚੁੱਕੇ ਪਹਿਲੀ ਦਫ਼ਾ ਰੋਹਿਲਾ ਦਾ ਮਕਾਮੀ ਐਮਪੀ ਆਉਂਦਾ ਪਿਆ 40 ਸਾਲ ਬਾਅਦ ਦੇ ਵੱਲ ਨੌਜਵਾਨ ਦੇਖ ਵੀ ਚੁੱਕੇ ਨੇ ਕਿ ਖਾਨਗੜ੍ਹ ਦੀ ਹਾਲਤ ਉਹਨਾਂ ਦੇ ਸਾਹਮਣੇ ਹੈ ਰੋਟੇ ਦੀ ਹਾਲਤ ਮੈਂ ਸਮਝਦਾ ਕਿ ਮੈਂ ਨੌਜਵਾਨਾਂ ਵਾਸਤੇ ਮੈਂ ਬਿਹਤਰ ਕੰਮ ਕਰ ਸਕਦਾ ਬਾਕੀ ਮੌਕਾ ਮਿਲਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਦੇਵੇ ਨੌਜਵਾਨਾਂ ਵਾਸਤੇ ਜਿਹੜਾ ਹੈ ਮੈਂ ਕੰਮ ਕਰਨਾ ਚਾਹੁੰਦਾ ਉਹਨਾਂ ਵਾਸਤੇ ਗਰਾਊਂਡ ਬਣਾਉਣਾ ਚਾਹੁੰਦਾ ਕ੍ਰਿਕਟ ਦੇ ਅਸਾਂ ਬਿਹਤਰ ਕੰਮ ਕਰਾਂਗੇ ਇਨਸ਼ਾਅੱਲਾ ਰਾਈਟ ਸੋ ਐਮਪੀਏ ਹਲਕਾ ਦੀ 70,000 ਅਖਤਰ ਖਾਨ ਕੁਮਾਰ ਤੇ ਮੌਜੂਦ ਹਨ ਬਿਹਤਰੀਨ ਪੈਗਾਮ ਦੇ ਕੇ ਨੌਜਵਾਨ ਨਸਲ ਵੀ ਮੰਤਖਬ ਕਰੇ ਇਲਾਕੇ ਦੀ ਖਾਸੀ ਆਬਾਦੀ ਉਹਨਾਂ ਵਾਸਤੇ ਤਹਿਸੀਲ ਦਰਜਾ ਜਾਂ ਇਹ ਰੋਹਿਲਾ ਵਾਲੀ ਰੋਡ ਕੋ ਇਲਾਕੇ ਕੋ ਲਿੰਕ ਸੀ ਪੈਕ ਨਾਲ ਜ਼ਰੂਰ ਕਿਸ ਮੇਰੇ ਰਿਕੁਐਸਟ ਕਰੇ ਸਾਂ ਜ਼ਰੂਰ ਲਾਈਕ ਕਰੇ ਸੋ ਫਾਲੋ ਕਰੇ ਸੋ ਮਿਲਸ ਨੈਕਸਟ ਬਿਹਤਰੀਨ ਮਹਿਮਾਨ ਨਾਲ ਪ੍ਰੋਗਰਾਮ ਨਾਲ ਅੱਲਾ ਸੇ ਤੁਹਾਰ ਸਾਰਾ ਮਿਨਾਸਿਬ ਹੈ।